ਮਨੋਕਾਮਨਾ।
ਸਮੇਂ ਸਾਰ ਅੱਜ ਭਾਈ ਮੀਰ ਚੰਦ ਜੀ ਦਾ ਸਰਾਧ ਮਨਾਇਆ ਜਾ ਰਿਹਾ ਹੈ। ਇਹ 12ਵਾਂ ਸਰਾਧ ਹੁੰਦਾ ਹੈ। ਇਹ ਅਪਰੇ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਭ ਤੋਂ ਵੱਡਾ ਸ਼੍ਰੇ ਆਪਾਂ ਕਈ ਫੈਮਲੀ ਨੂੰ ਦਿੰਦੇ ਹਾਂ, ਜੋ ਕਿ ਇਹ ਸਾਰੇ ਪ੍ਰੋਗਰਾਮ ਦਾ ਪੂਰਾ ਪੂਰਾ ਸ਼ੈ ਆਪਣੇ ਉੱਪਰ ਲੈਂਦੇ ਨੇ। ਬਾਕੀ ਸਾਰੇ ਅੱਜ ਰਾਜਪਾਲ ਕਈ ਜੀ ਅੱਜ ਥੋੜ੍ਹੇ ਜਿਹੇ ਆ ਨਹੀਂ ਸਕੇ, ਉਹਨਾਂ ਨੇ ਸਾਰਾ ਪ੍ਰੋਗਰਾਮ ਉਹ ਭਗਵਾਨ ਦੀਦਿਆਂ ਨਾਲ ਦੇਖ ਰਹੇ ਨੇ, ਅਤੇ ਇਹ ਸਾਰਾ ਪ੍ਰੋਗਰਾਮ ਉਹੀ ਕਰਦੇ ਨੇ। ਉਹਨਾਂ ਦੇ ਸ਼੍ਰੇ ਦੇ ਨਾਲ ਹੀ ਸਾਰਾ ਪ੍ਰੋਗਰਾਮ ਹੁੰਦਾ ਹੈ। ਬਾਕੀ ਸਾਰੇ ਆਪਣੇ ਵਾਲੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਪੂਰੀ ਪੂਰੀ ਸਹਾਇਤਾ ਦਿੰਦੇ ਨੇ, ਪੂਰੀ ਹੈਲਪ ਕਰਦੇ ਨੇ। ਅਸੀਂ ਤਾਂ ਖੁਦ ਪਹਿਲੀ ਵਾਰੀ ਆ ਕੇ ਤਿੰਨ ਦਿਨ ਹੋ ਗਏ ਨੇ ਇੱਥੇ, ਸਵੇਰੇ ਸ਼ਾਮੀ ਤਿੰਨੋਂ ਟਾਈਮ ਲੰਗਰ ਲੱਗਦਾ ਹੈ ਔਰ ਚਾਹ ਦਾ ਵੀ ਪ੍ਰੋਗਰਾਮ ਹੁੰਦਾ ਹੈ, ਸਾਰਾ ਕੁਛ ਹੁੰਦਾ ਹੈ। ਇਹ ਸਾਰਾ ਕੁਛ ਵੈਸੇ ਤਾਂ ਰਾਜਪਾਲ ਕਈ ਜੀ ਮਹਾਰਾਜ ਅੰਕਲ ਜੀ ਵੱਲੋਂ ਹੀ ਹੁੰਦਾ, ਬਾਕੀ ਅਪਰੇ ਵਾਲੇ ਵੀ ਪੂਰੀ ਪੂਰੀ ਸਹਿਯੋਗ ਦੇ ਰਹੇ ਨੇ। ਸੁਨੀਤਾ ਆਂਟੀ, ਮੀਨੂ ਆਂਟੀ ਵੀ ਬਹੁਤ 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 ਜ਼ਿਆਦਾ ਹੈਲਪ ਕਰਦੇ ਨੇ ਜਿੰਨੀ ਹੋ ਸਕੇ। ਉਹਨਾਂ ਨੇ ਸਾਨੂੰ ਅੱਜ ਇਹ ਮੌਕਾ ਦਿੱਤਾ ਕਿ ਅਸੀਂ ਤਿੰਨੋਂ ਟਾਈਮ ਆ ਕੇ ਇੱਥੇ ਥੋੜ੍ਹੀ ਬਹੁਤੀ ਸੇਵਾ ਕਰ ਸਕੀਏ। ਸਾਡੇ ਬੱਚੇ ਛੋਟੇ ਨੇ, ਅਸੀਂ ਨਹੀਂ ਜ਼ਿਆਦਾ ਆ ਸਕਦੇ, ਪਰ ਸੁਨੀਤਾ ਆਂਟੀ, ਮੀਨੂ ਆਂਟੀ ਨੇ ਸਾਨੂੰ ਕੰਪੈਲ ਕੀਤਾ ਕਿ ਤੁਸੀਂ ਇੱਥੇ ਆਓ ਔਰ ਪੂਰੀ ਆ ਕੇ ਸਹਾਇਤਾ ਕਰੋ। ਬਾਕੀ ਸਾਰੇ ਹੋਰ ਵੀ ਸਾਰੇ ਅਪਰੇ ਵਾਲੇ, ਸਾਰੇ ਦੁਕਾਨਦਾਰ, ਸਾਰੇ ਆ ਕੇ ਆਪਣੇ ਵੱਲੋਂ ਪੂਰਾ ਪੂਰਾ ਸਹਿਯੋਗ ਦੇ ਰਹੇ ਨੇ। ਬਾਕੀ ਤੁਸੀਂ ਵੀ ਇੱਥੇ ਆਓ ਔਰ ਸਾਰਾ ਮੇਲਾ ਦੇਖੋ। ਇੱਥੇ ਬੱਚਿਆਂ ਲਈ ਝੂਲੇ ਵੀ ਲੱਗਦੇ ਨੇ, ਖਾਣ ਪੀਣ ਦਾ ਸਮਾਨ ਵੀ ਹੁੰਦਾ ਹੈ ਔਰ ਬੱਚਿਆਂ ਦੇ ਖਰੀਦਣ ਦਾ ਵੀ ਸਮਾਨ ਹੁੰਦਾ। ਸਾਰੇ ਇੱਥੇ ਆਓ, ਘੁੰਮਾ ਕੇ ਇਹ ਮਾਂ ਬਾਬਾ ਜੀ ਦਾ ਸ਼ਰਾਧ ਨੂੰ ਮਨਾਓ। ਸ਼ੁਕਰੀਆ।
ਜੈਕਾਰਾ ਭਾਈ ਮੇਰ ਚੰਦ ਜੀ ਦਾ। ਅੱਜ ਭਾਈ ਮੇਰ ਚੰਦ ਜੀ ਦਾ 12ਵਾਂ ਸਰਾਧ ਮਨਾਇਆ ਜਾ ਰਿਹਾ ਹੈ ਅਪਰੇ ਵਿਖੇ। ਇਹ ਸਾਰਾ ਸਹਿਯੋਗ ਕਈ ਫੈਮਿਲੀ ਜੀ ਵੱਲੋਂ ਹੋ ਰਿਹਾ ਹੈ। ਇਹਨਾਂ ਦੇ ਪਰਿਵਾਰ ਦਾ ਬਹੁਤ ਮੇਰ ਭਰਿਆ ਹੱਥ ਹੈ ਭਾਈ ਮੇਰ ਚੰਦ ਜੀ ਦੇ ਕੰਮ ਕਾਰ ਦੇ ਵਿੱਚ। ਇਹ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਹਨ। ਸੱਚੇ ਪਾਤਸ਼ਾਹ ਇਹਨਾਂ ਦੀਆਂ ਉਮਰਾਂ ਲੰਬੀਆਂ ਲੰਬੀਆਂ ਕਰਨ, ਇਹਨਾਂ ਦੀਆਂ ਹਰ ਇੱਕ ਇੱਛਾ ਪੂਰੀਆਂ ਕਰਨ। ਰਾਜਪਾਲ ਕਈ ਜੀ ਹੋਸਪਿਟਲ ਦੇ ਵਿੱਚ ਐਡਮਿਟ ਹਨ, ਉੱਥੇ ਬੈਠ ਕੇ ਸਭ ਕੁਝ ਦੇਖ ਰਹੇ ਹਨ। ਉਹਨਾਂ ਦਾ ਹਰ ਮਨ ਚਿੱਤ ਇੱਥੇ ਹੀ ਭਾਈ ਮੇਰ ਚੰਦ ਜੀ ਵੱਲ ਹੈ। ਅਗਰ ਉਹ ਇੱਥੇ ਹੁੰਦੇ ਤਾਂ ਉਹਨਾਂ ਨੇ ਜ਼ਰੂਰ ਹੋਣਾ ਸੀ ਸੱਚੇ ਪਾਤਸ਼ਾਹ ਉਹ ਰਾਜੀ ਖੁਸ਼ੀ ਆਪਣੇ ਘਰ ਆਉਣ। ਅਸੀਂ ਸਾਰੇ 3 ਦਿਨਾਂ ਤੋਂ ਇੱਥੇ ਆ ਰਹੇ ਹਾਂ, ਇੱਥੇ ਖੁੱਲ੍ਹੇ ਲੰਗਰ ਲੱਗ ਰਹੇ ਨੇ, ਅਸੀਂ ਸਾਰੇ ਸੇਵਾ ਕਰਦੇ ਹਾਂ, ਇੱਥੇ ਖਾਂਦੇ ਹਾਂ, ਪੀਂਦੇ ਹਾਂ, ਵਧੀਆ ਸਟਾਲ ਲੱਗਦੇ ਨੇ, ਝੂਲੇ ਲੱਗਣੇ ਨੇ, ਮਹਿੰਦੀ ਦੇ ਸਟਾਲ ਲੱਗਣੇ ਹੈ। ਇਹ ਸਾਰਾ ਸ਼ੇ ਰਾਜਪਾਲ ਕਈ ਜੀ ਦੇ ਪਰਿਵਾਰ ਨੂੰ ਜਾਂਦਾ ਹੈ। ਸੁਨੀਤਾ ਕਈ ਅਤੇ ਮੀਨੂ ਕਈ ਵੀ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਹਨ। ਉਹ ਸਾਡੇ ਕਿੱਟੀ ਮੈਂਬਰ ਹਨ ਔਰ ਸਾਡੀ ਬਹੁਤ ਜ਼ਿਆਦਾ ਇਸ ਪਾਸੇ ਹੈਲਪ ਕਰਦੇ ਹਨ। ਉਹਨਾਂ ਨੇ ਸਾਨੂੰ ਸਪੈਸ਼ਲ ਬੁਲਾਇਆ ਕਿ ਤੁਸੀਂ ਇਸ ਪਾਸੇ ਜ਼ਰੂਰ ਆਉਣਾ। ਫਿਰ ਦੁਬਾਰਾ ਤੋਂ ਅਸੀਂ ਭਾਈ ਮੇਰ ਚੰਦ ਦਾ ਲੱਖ ਲੱਖ ਸ਼ੁਕਰ ਕਰਦੇ ਹਨ। ਇੱਥੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਹਨ। ਜੋ ਕੋਈ ਵੀ ਸੱਚੇ ਮਨ ਨਾਲ ਇਸ ਦਰਬਾਰ ਦੇ ਵਿੱਚ ਆਉਂਦਾ ਹੈ ਮੂੰਹ ਮੰਗੀਆਂ ਮੁਰਾਦਾਂ ਪਾਉਂਦਾ ਹੈ। ਜੈਕਾਰਾ ਭਾਈ ਮੇਰ ਚੰਦ ਜੀ ਦਾ।
ਮੈਂ ਅਪੀਲ ਕਰਦਾ ਹਾਂ ਕਿ ਭਾਈ ਮੀਰ ਚੰਦ ਜੀ ਆ, ਇਹਨਾਂ ਦੀ ਵਜ੍ਹਾ ਨਾਲ ਸਾਡਾ ਪਿੰਡ ਜਿਹੜਾ ਆ ਵਸਿਆ, ਔਰ ਜਿਹੜੇ ਵੀ ਆ ਕੇ ਇੱਥੇ ਕੋਈ ਸੁੱਖ ਬੋਲ ਜਾਂਦੇ ਆ ਉਹ ਸਾਰੀ ਸੁੱਖ ਪੂਰੀ ਹੁੰਦੀ ਆ, ਸਾਰਾ ਹੁੰਮ ਹੁੰਮ ਆ ਕੇ ਦੁਨੀਆ ਆਉਂਦੀ ਹੈ ਇੱਥੇ, ਮੇਲਾ ਲੱਗਦਾ ਬਹੁਤ ਤਕੜਾ। ਇਸ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਹੁੰਮ ਹੁੰਮ ਆ ਕੇ ਪਹੁੰਚੋ ਅਤੇ ਦਰਸ਼ਨ ਦਿਓ ਅਤੇ ਨਾਲੇ ਭਾਈ ਜੀ ਦੇ ਮੇਲੇ ਨੂੰ ਰੌਣਕਾਂ ਲਾਓ। ਮੈਂ ਵਾਰ ਵਾਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਭਾਈ ਜੀ ਦੇ ਘਰੋਂ ਆ ਕੇ ਦੁਆਰ ਤੋਂ ਆ ਕੇ ਜੋ ਵੀ ਮੰਗ ਕੇ ਤੁਸੀਂ ਜਾਣਾ ਉਹ ਸਭ ਗੱਲ ਤੁਹਾਨੂੰ ਝੋਲੀਆਂ ਭਰਨਗੇ। ਬਸ ਇਹੀ ਬੇਨਤੀ ਕਰਦਾ ਵੀ ਤੁਸੀਂ ਪਹੁੰਚੋ। ਦੁਆਰੇ 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 ਦੁਆਰੇ।
ਪਿੱਛੜਵਾਲ ਨੂੰ ਭਾਈ ਮੇਰ ਚੰਦ ਜੀ ਦਾ ਸ਼ਰਾਧ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਰੌਣਕ ਨੂੰ ਵਧਾਉਣ ਲਈ ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਤੁਮ ਤੁਮ ਆ ਕੇ ਬਹੁਤ ਧੂਮਧਾਮ ਨਾਲ ਇੱਥੇ ਪਹੁੰਚੋ ਅਤੇ ਭਾਈ ਮੇਰ ਚੰਦ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਦੀਆਂ ਹਰ ਮੰਗ ਮਤਲਬ ਸਾਰ ਮੰਗ ਜਿਹੜਾ ਵੀ ਕੋਈ ਮੰਨਦਾ ਉਹਦੀ ਹਰ ਮੁਰਾਦ ਪੂਰੀ ਹੁੰਦੀ ਹੈ। ਇਸ ਕਰਕੇ ਹਰ ਸੱਸ ਨੂੰ, ਲੇਡੀ ਨੂੰ, ਭੈਣ ਨੂੰ, ਭਰਾ ਨੂੰ ਬੇਨਤੀ ਆ ਵੀ ਉਹ ਮੌਕੇ 'ਤੇ ਆ ਕੇ ਭਾਈ ਮੇਰ ਚੰਦ ਦਾ ਆਸ਼ੀਰ ਪ੍ਰਾਪਤ ਕਰੋ ਅਤੇ ਮੇਲੇ ਦੀ ਰੌਣਕ ਨੂੰ ਵੱਧ ਤੋਂ ਵੱਧ ਵਧਾਓ। ਜੈ ਭਾਈ ਮੇਰ ਚੰਦ ਜੀ ਮਹਾਰਾਜ।
ਅੱਜ ਅਪਰੇ ਵਿੱਚ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਹ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਮੱਥਾ ਟੇਕਣ ਲਈ ਪਹੁੰਚਦੀਆਂ ਨੇ। ਅਸੀਂ ਇਸ ਮੇਲੇ 'ਤੇ ਬੜਾ ਇੰਜੋਏ ਕੀਤਾ ਹੈ। ਜੈਕਾਰਾ ਭਾਈ ਮੇਹਰ ਚੰਦ ਜੀ ਦਾ।
ਭਾਈ ਮੇਹਰ ਚੰਦ ਮੰਦਰ ਦੇ ਵਿੱਚ ਸਾਲਾਨਾ ਸ਼ਰਾਧ ਮੇਲੇ 'ਤੇ ਆਉਣ ਦਾ ਸਾਨੂੰ ਅੱਜ ਮੌਕਾ ਮਿਲਿਆ। ਮੈਂ ਆਪਣੀ ਸਾਰੇ ਸਕੂਲ ਦੀ ਟੀਮ ਅਤੇ ਬੱਚੇ ਲੈ ਕੇ ਇੱਥੇ ਅਸੀਂ ਦਰਸ਼ਨ ਲਈ ਆਏ ਹਾਂ ਅਤੇ ਸਾਨੂੰ ਇਸ ਗੱਲ ਨੂੰ ਦੱਸਦੇ ਹੋਏ ਵਿਸ਼ੇਸ਼ ਖੁਸ਼ੀ ਹੋ ਰਹੀ ਹੈ ਔਰ ਆਸ਼ੀਰਵਾਦ ਪ੍ਰਾਪਤ ਕਰਕੇ ਸਾਨੂੰ ਖੁਸ਼ੀ ਹੋ ਰਹੀ ਹੈ। ਅਸੀਂ ਲੰਗਰ ਵੀ ਛਕਿਆ ਔਰ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਰਾਜਪਾਲ ਘਈ ਜੀ ਦਾ ਅਤੇ ਉਹਨਾਂ ਦੀ ਸਾਰੀ ਕਮੇਟੀ ਦਾ ਕਿ ਉਹਨਾਂ ਨੇ ਸਾਨੂੰ ਇੱਥੇ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਅਤੇ ਆਪਣਾ ਜੀਵਨ ਸਫਲ ਬਣਾਉਣ ਦਾ। ਧੰਨਵਾਦ, ਥੈਂਕ ਯੂ ਵੈਰੀ ਮੱਚ। Yeah.
ਨੰਬਰ 1 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 ਨੰਬਰ 1
ਪੜਦਾ ਏ ਭਾਈ ਮੇਰ ਜਾਂਦੇ ਆ ਪਰੇ ਵਾਲਾ।
ਆ
ਕਹਿੰਦੀ ਹੈ ਇਸ ਨੂੰ ਕਹਿੰਦੀ ਹੈ ਦਿਓ।
We'll be right back.